ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਪ੍ਰੈਗਨੈਂਸੀ ਸਟੋਰੀ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਮੈਸੇਜਸ ਆ ਰਹੇ ਸੀਗੇ ਕਿ ਮੈਮ ਤੁਸੀਂ ਪਲੀਜ਼ ਆਪਣੀ ਵੇਟ ਲੋਸ ਜਰਨੀ ਦੇ ਉੱਤੇ ਵੀਡੀਓ ਬਣਾਓ। ਇਸ ਪੂਰੇ ਟਾਈਮ ਦੇ ਵਿੱਚ ਲਾਸਟ ਸਮ ਮੰਥਸ ਜਦੋਂ ਦੀ ਸਹਿਨੂਰ ਹੋਈ ਆ, ਮੈਂ ਬੋਡੀ ਸ਼ੇਮਿੰਗ ਨੂੰ ਬਹੁਤ ਸਿਹਾ ਆ। ਉਹਦੇ ਇੰਨੇ ਜ਼ਿਆਦਾ ਕਮੈਂਟਸ ਆਉਂਦੇ ਹੁੰਦੇ ਸੀਗੇ ਮੈਨੂੰ ਕਿ ਤੁਸੀਂ ਮੋਟੇ ਹੋ ਗਏ, ਹਰ ਵੀਡੀਓ 'ਤੇ, ਹਰ ਫੋਟੋਗ੍ਰਾਫ 'ਤੇ ਮੋਟੇ ਹੋ ਗਏ, ਚੰਗੇ ਨਹੀਂ ਲੱਗਦੇ, ਯੇ ਹੈ ਵੋ ਹੈ, ਬਹੁਤ ਕੁਛ ਇੱਦਾਂ ਦਾ। ਹੋਰ ਵੀ ਬਾਕੀ ਬਹੁਤ ਜ਼ਿਆਦਾ ਲੇਡੀਜ਼ ਨੂੰ ਫੇਸ ਕਰਨਾ ਪੈ ਰਿਹਾ ਹੈ, ਇਸੇ ਕਰਕੇ ਉਹ ਸਾਰੇ ਰਿਕੁਐਸਟ ਕਰ ਰਹੇ ਆ ਕਿ ਤੁਸੀਂ ਪਲੀਜ਼ ਆਪਣੀ ਜਰਨੀ ਸ਼ੇਅਰ ਕਰੋ, ਕਿਉਂਕਿ ਮੇਰੀ ਪ੍ਰੈਗਨੈਂਸੀ ਸਟੋਰੀ ਨੇ ਵੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਸਾਰਿਆਂ ਨੂੰ। ਥੈਂਕ ਯੂ ਉਸ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਕਰਨ ਲਈ। ਸੋ ਹੁਣ ਮੈਂ ਤੁਹਾਨੂੰ ਦੱਸਾਂਗੀ ਮੈਂ ਆਪਣਾ ਵੇਟ ਲੂਜ਼ ਕਿੱਦਾਂ ਕੀਤਾ। ਸਹਿਨੂਰ ਦੇ ਹੁਣ ਤੋਂ 5 ਮੰਥਸ ਬਾਅਦ ਮੈਂ ਜਿਮ ਜੁਆਇਨ ਕੀਤਾ ਸੀ। ਉਸ ਤੋਂ ਪਹਿਲਾਂ ਮੈਂ ਕੁਛ ਵੀ ਨਹੀਂ ਕਰ ਰਹੀ ਸੀਗੀ, ਮੈਂ ਪਤਲੀ ਹੋਣਾ ਜਾ ਰਹੀ ਸੀ ਪਰ ਮੈਂ ਕੁਛ ਨਹੀਂ ਕਰ ਰਹੀ ਸੀ ਉਹਦੇ ਵਾਸਤੇ। ਮੈਂ ਹਰ ਚੀਜ਼ ਖਾ ਰਹੀ ਸੀ, ਆਪਣਾ ਜੋ ਦਿਲ ਕਰ ਰਿਹਾ ਸੀਗਾ ਸਭ ਕੁਛ ਖਾ ਰਹੀ ਸੀ ਮੈਂ, ਮੈਨੂੰ ਬੇਫਿਕਰ ਹੋ ਕੇ। ਪਰ ਜਦੋਂ ਮੈਨੂੰ ਮੈਸੇਜਿਸ ਆਉਣੇ ਸ਼ੁਰੂ ਹੋਏ, ਕਮੈਂਟਸ ਆਉਣੇ ਸ਼ੁਰੂ ਹੋਏ ਇੰਨੇ ਜ਼ਿਆਦਾ ਹਰ ਜਗ੍ਹਾ 'ਤੇ, ਜਿੱਥੇ ਜਿੱਥੇ ਵੀ ਆਪਾਂ ਹੈਗੇ ਹਾਂ ਉੱਥੇ ਕਮੈਂਟਸ ਆਉਣੇ ਸ਼ੁਰੂ ਹੋਏ, ਤੁਸੀਂ ਹੁਣ ਮੋਟੇ ਹੋ ਗਏ ਹੋ, ਚੰਗੇ ਨਹੀਂ ਲੱਗਦੇ, ਭਾਬੀ ਜੀ ਆਂਟੀ ਲੱਗਣ ਲੱਗ ਗਏ, ਯੇ ਵੋ, ਬਹੁਤ ਜ਼ਿਆਦਾ ਮੈਸੇਜਿਸ ਆ ਰਹੇ ਸੀਗੇ। ਇੱਦਾਂ ਦੇ ਕਮੈਂਟਸ ਹਰ ਉਹ ਲੇਡੀ ਨੂੰ ਫੇਸ ਕਰਨੇ ਪੈਂਦੇ ਆ ਜਿਹੜੀ ਵੀ ਆ ਬੇਬੀ ਡਿਲੀਵਰ ਕਰਕੇ ਹਟੀ ਹੁੰਦੀ ਆ। ਹੁਣ ਹਰ ਪ੍ਰੈਗਨੈਂਸੀ ਡਿਫਰੈਂਟ ਆ, ਕੋਈ ਮੋਟੀ ਹੋ ਜਾਂਦੀ ਆ ਕੁੜੀਆਂ, ਕਈ ਨਹੀਂ ਵੀ ਹੁੰਦੀਆਂ। ਇਹ ਸਾਰੀਆਂ ਚੀਜ਼ਾਂ ਫੇਸ ਕਰਦੇ ਹੋਏ ਇਹ ਚੀਜ਼ਾਂ ਨੇ ਬੜਾ ਮੈਨੂੰ ਡਿਸਅਪੁਆਇੰਟ ਕੀਤਾ ਸੀਗਾ। ਮੈਂ ਕਈ ਵਾਰੀ ਆਪਣੀ ਇੱਕ ਦਿਨ ਵਿਆਹ ਵਾਲੀ ਵੀਡੀਓ ਲਗਾ ਕੇ ਬੈਠੀ ਹੋਈ ਸੀ, ਐਂਡ ਮੈਂ ਬਹੁਤ ਰੋਈ ਰਾਤ ਨੂੰ ਕਿ ਮੈਂ ਇੰਨੀ ਮੋਟੀ ਹੋ ਗਈ ਹਾਂ। ਉਦੋਂ ਤਾਂ ਖੈਰ ਮੈਂ ਨਾ ਜ਼ਿਆਦਾ ਹੀ ਵੇਟ ਲੂਜ਼ ਕਰ ਲਿਆ ਸੀਗਾ ਵੈਡਿੰਗ ਦੇ ਟਾਈਮ 'ਤੇ। ਸੋ ਉਦੋਂ ਮੈਂ ਇੰਨਾ ਕੁ ਜ਼ਿਆਦਾ ਰੋਈ ਹਾਂ ਉਸ ਦਿਨ, ਰਾਤੀ ਬਹੁਤ ਰੋਈ। ਫਿਰ ਮੈਂ ਉਸ ਦਿਨ ਸੋਚ ਲਿਆ ਆਇਆ ਸੀਗਾ ਕਿ ਹੁਣ ਤਾਂ ਵੇਟ ਘਟਾ ਕੇ ਹੀ ਸਾਹ ਲੈਣਾ। ਸਹਿਨੂਰ ਦੇ ਬਰਥਡੇ ਤੋਂ ਪਹਿਲੇ ਨਾ ਮੈਂ ਆਪਣਾ ਵੇਟ ਉੱਥੇ ਲੈਣਾ ਜਿੱਥੇ ਮੈਂ ਸੀਗੀ। ਮੇਰੀ ਫੁੱਲ ਡੇ ਰੂਟੀਨ ਕੁਛ ਇਸ ਤਰ੍ਹਾਂ ਸੀਗੀ, ਮੈਂ 9:30 ਵਜੇ ਜਿਮ ਜਾਂਦੀ ਸੀਗੀ। ਸਾਡਾ ਸਭ ਤੋਂ ਪਹਿਲਾਂ ਐਰੋਬਿਕਸ ਹੁੰਦੀ ਸੀਗੀ 20-25 ਮਿੰਟਸ ਤੱਕ, ਅਤੇ ਉਸ ਤੋਂ ਬਾਅਦ ਉਹ ਥੋੜ੍ਹੀ ਜਿਹੀ ਐਕਸਰਸਾਈਜ਼ ਕਰਵਾਉਂਦੇ ਸੀਗੇ ਕਾਰਡੀਓ। ਉਸ ਤੋਂ ਬਾਅਦ ਆਪਾਂ ਜਿਮ ਦੇ ਵਿੱਚ ਕਰੀਦੀਆਂ ਸੀਗੀਆਂ ਐਕਸਰਸਾਈਜ਼, ਰੋਜ਼ ਅਲੱਗ ਅਲੱਗ ਹੁੰਦੀ ਸੀਗੀ ਐਕਸਰਸਾਈਜ਼। ਸੋ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣਾ ਜੋ ਵੀ ਮੇਰੇ ਡਾਇਟ ਪਲਾਨ ਦੇ ਅਕੋਰਡਿੰਗ ਮੈਂ ਖਾਣਾ ਖਾਂਦੀ ਪਈ ਸੀ, ਅਤੇ ਉਹਦੇ ਨਾਲ ਨਾਲ ਮੈਂ ਐਕਟਿਵ ਰਹਿੰਦੀ ਸੀ, ਜਿੰਨਾ ਹੋ ਸਕੇ ਐਕਟਿਵ ਰਹਿੰਦੀ ਸੀ। ਜਦੋਂ ਮੈਂ ਜਿਮ ਜੁਆਇਨ ਕੀਤਾ, ਮੇਰਾ ਫਸਟ ਡੇ ਜਦੋਂ ਮੈਂ ਜਿਮ ਗਈ ਨਾ, ਉੱਥੇ ਸਾਰੀ ਲੇਡੀਜ਼ ਮੈਰਿਡ ਆ, ਕੋਈ ਕੁੜੀ ਨਹੀਂ ਸੀਗੀ। ਮੈਂ ਮੋਰਨਿੰਗ ਬੈਚ ਵਿੱਚ ਜਾ ਰਹੀ ਸੀ, ਕੋਈ ਕੁੜੀ ਨਹੀਂ ਸੀ, ਜਿੰਨੀਆਂ ਵੀ ਲੇਡੀਜ਼ ਸੀਗੀਆਂ ਸਾਰੀਆਂ ਮੈਰਿਡ ਸੀ, ਸਾਰਿਆਂ ਦੇ ਬੱਚੇ ਸੀ, ਕਈਆਂ ਦੇ ਮੇਰੇ ਏਜ ਦੇ ਨਾਲ ਨਾਲ ਦੇ ਬੱਚੇ ਸੀਗੇ, ਅਤੇ ਸਾਰੇ ਬਿਲਕੁਲ ਫਿੱਟ, ਉਹਨਾਂ ਦੀ ਬੋਡੀ ਫਿਗਰ ਬਿਲਕੁਲ ਮੇਨਟੇਨ। ਉਹ ਚੀਜ਼ ਦੇਖ ਕੇ ਮੈਨੂੰ ਆਪਣੇ ਆਪ 'ਤੇ ਹੋਰ ਸ਼ਰਮ ਆਈ ਕਿ ਯਾਰ ਦੁਨੀਆ ਕਿੱਥੇ ਆ ਯਾਰ, ਲੋਕ ਫਿੱਟ ਰਹਿਣਾ ਕਿੰਨਾ ਚਾਹੁੰਦੇ ਪਏ ਆ, ਅਤੇ ਆਪਾਂ ਕੀ ਆਪਣਾ ਧਿਆਨ ਹੀ ਨਹੀਂ ਰੱਖ ਰਹੇ ਬਿਲਕੁਲ ਵੀ। ਮੈਂ ਸੋਚ ਰਹੀ ਸੀ ਪਿਛਲੇ 5 ਮੰਥ ਮੈਂ ਕਿੱਦਾਂ ਵੇਸਟ ਕੀਤੇ ਆ, ਮੈਂ ਕੁਛ ਨਹੀਂ ਕੀਤਾ, ਐਟਲੀਸਟ ਵਾਕ ਹੀ ਕਰ ਸਕਦੀ ਸੀਗੀ ਨਾ ਮੈਂ ਘਰ, ਕੁਛ ਵੀ ਨਹੀਂ ਕੀਤਾ। ਤੁਸੀਂ ਇਹ ਚੀਜ਼ ਨਹੀਂ ਕਰਨੀ। ਹਾਂ ਠੀਕ ਹੈ, 3 ਮਹੀਨੇ ਤੱਕ ਰੈਸਟ ਲਓ, ਆਫਟਰ ਦੈਟ ਤੁਸੀਂ ਵੀ ਆਪਣਾ ਸ਼ੁਰੂ ਕਰ ਦਿਓ। ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਫੈਮਲੀ ਦਾ ਇਹਦੇ ਵਿੱਚ ਦੁਬਾਰਾ ਤੋਂ, ਜਿੱਦਾਂ ਕਿ ਪ੍ਰੈਗਨੈਂਸੀ ਦੇ ਵਿੱਚ ਫੈਮਲੀ ਦਾ ਤੁਹਾਡੇ ਲਈ ਸਪੋਰਟ ਜ਼ਰੂਰੀ ਆ ਨਾ, ਉੱਦਾਂ ਹੀ ਤੁਹਾਡਾ ਵੇਟ ਲੂਜ਼ ਜਰਨੀ ਦੇ ਵਿੱਚ ਵੀ ਫੈਮਲੀ ਦਾ ਸਪੋਰਟ ਬਹੁਤ ਜ਼ਰੂਰੀ ਆ। ਮੈਂ ਸਹਿਨੂਰ ਨੂੰ ਘਰ ਛੱਡ ਕੇ ਜਾਂਦੀ ਹੁੰਦੀ ਸੀਗੀ, ਮੰਮਾ ਉਹਨੂੰ ਸੰਭਾਲਦੇ ਸੀ। ਜਦੋਂ ਕਦੇ ਮੰਮਾ ਘਰ ਨਹੀਂ ਹੁੰਦੇ ਸੀਗੇ, ਕਿਤੇ ਜਾਂਦੇ ਸੀ, ਤਾਂ ਮੈਂ ਸਹਿਨੂਰ ਨੂੰ ਉਹਦੀ ਨਾਨੀ ਦੇ ਘਰ ਛੱਡ ਕੇ ਜਾਂਦੀ ਸੀਗੀ। ਦੋਨੋਂ ਫੈਮਲੀਆਂ ਦਾ ਮੇਰੀ ਪ੍ਰੈਗਨੈਂਸੀ ਅਤੇ ਮੇਰੀ ਵੇਟ ਲੂਜ਼ ਜਰਨੀ ਵਿੱਚ ਪੂਰਾ ਸਪੋਰਟ ਰਿਹਾ। ਇੰਨਾ ਜ਼ਿਆਦਾ ਵੇਟ ਵਧਣ ਦੇ ਨਾਲ ਮੇਰਾ ਟੋਟਲ 19 kg ਵਧਿਆ ਸੀਗਾ ਵੇਟ। 19 kg ਬਹੁਤ ਵੱਡੀ ਗੱਲ ਆ। ਹੁਣ ਤੱਕ ਮੈਂ ਆਪਣਾ ਮਤਲਬ ਪ੍ਰੈਗਨੈਂਸੀ ਵਾਲਾ ਵੇਟ ਮਿਲਾ ਕੇ 19 kg ਮੈਂ ਗੇਨ ਕੀਤਾ ਸੀਗਾ ਡਿਊਰਿੰਗ ਮਾਈ ਪ੍ਰੈਗਨੈਂਸੀ। ਉਸ ਤੋਂ ਬਾਅਦ ਮੇਰਾ 2-3 ਕਿਲੋ ਘਟਿਆ ਸੀਗਾ, ਅਤੇ ਬਾਕੀ ਦਾ ਜਿਹੜਾ ਜਿੰਨਾ ਵੀ ਵੇਟ ਆ ਨਾ, ਮੈਂ ਹੁਣ ਤੱਕ 12 kg ਘਟਾ ਚੁੱਕੀ ਹਾਂ। ਹਲੇ ਵੀ ਉਹ ਗੇਮ ਸਟਿਲ ਔਨ ਆ। ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਬਹੁਤ ਪਤਲੀ ਹੋ ਗਈ ਹਾਂ, ਮੈਂ ਪੂਰਾ ਪ੍ਰੋਪਰ ਫਿੱਟ ਹੋ ਗਈ ਹਾਂ, ਐਸੀ ਕੋਈ ਗੱਲ ਨਹੀਂ ਆ। ਹਲੇ ਵੀ ਮੇਰਾ ਮਿਸ਼ਨ ਚੱਲ ਰਿਹਾ ਆ ਸਹਿਨੂਰ ਦੇ ਬਰਥਡੇ ਤੱਕ। ਮੈਂ ਪੂਰਾ, ਮੇਰਾ ਮਿਸ਼ਨ ਇਹ ਆ ਕਿ ਮੈਂ ਉਹਦੇ ਬਰਥਡੇ ਤੱਕ ਮੇਰਾ ਪ੍ਰੋਪਰ ਸੇਮ ਵੇਟ ਹੋਏ ਜਿੰਨਾ ਮੇਰਾ ਪਹਿਲੇ ਸੀਗਾ। ਦ ਮੋਸਟ ਇੰਪੋਰਟੈਂਟ ਥਿੰਗ ਕਿ ਤੁਹਾਡਾ ਜਿਹੜਾ ਕੰਪੀਟੀਸ਼ਨ ਆ ਨਾ, ਉਹ ਤੁਹਾਡੇ ਨਾਲ ਆ। ਤੁਸੀਂ ਕਿਸੇ ਵੱਲ ਦੇਖ ਕੇ ਉਹ ਨਾ ਕਰੋ ਕਿ ਇਹ ਮੈਂ ਇਹਦੇ ਵਰਗਾ ਬਣਨਾ, ਮੈਂ ਇਹਦੀ ਵਰਗੀ ਬੋਡੀ ਕਰਨੀ ਆ, ਐਸਾ ਕੁਛ ਨਹੀਂ ਹੈ। ਮੈਂ ਆਪਣੀ ਪੁਰਾਣੀ ਫੋਟੋਜ਼ ਦੇਖਦੀ ਹਾਂ, ਮੈਂ ਉਹਨਾਂ ਤੋਂ ਹੀ ਆਪਣੇ ਆਪ ਨੂੰ ਮੋਟੀਵੇਟ ਕਰਦੀ ਹਾਂ ਕਿ ਨਹੀਂ, ਮੈਂ ਵਾਪਸ ਇਸੇ ਸ਼ੇਪ ਦੇ ਵਿੱਚ ਜਾਣਾ ਆ। ਤੁਸੀਂ ਵੀ ਆਪਣੇ ਆਪ ਨੂੰ ਮੋਟੀਵੇਟ ਕਰੋ, ਐਟਲੀਸਟ ਤੁਸੀਂ ਜਿੰਨੇ ਪਹਿਲਾਂ ਸੀਗੇ ਉਨੇ ਤਾਂ ਹੋਵੋ, ਐਂਡ ਉਸ ਤੋਂ ਵੀ ਬੈਟਰ ਹੋਵੋ। ਮੈਂ ਤਾਂ ਇਹੀ ਕਹੂੰਗੀ, ਉਸ ਤੋਂ ਵੀ ਬੈਟਰ ਹੋਵੋ, ਤਾਂ ਕਿ ਤੁਹਾਨੂੰ ਦੇਖ ਕੇ ਕੋਈ ਇਹ ਕਹਿ ਹੀ ਨਾ ਸਕੇ ਕਿ ਯਾਰ ਤੁਹਾਡਾ ਬੱਚਾ ਵੀ ਹੈ, ਹੈਰਾਨ ਹੋਵੇ ਹਰ ਬੰਦਾ।
ਡਿਊਰਿੰਗ ਮਾਈ ਵੇਟ ਲੋਸ ਜਰਨੀ ਮੈਂ ਕੁਝ ਚੀਜ਼ਾਂ ਅਵੋਇਡ ਕੀਤੀਆਂ, ਬਿਲਕੁਲ ਅਵੋਇਡ ਕੀਤੀਆਂ। ਮੈਂ ਇੱਕ ਵੇਟ ਟਾਰਗੇਟ ਆਪਣਾ ਰੱਖਿਆ ਹੋਇਆ ਸੀ, ਜਦੋਂ ਤੱਕ ਮੇਰਾ ਇਹ ਵਾਲਾ ਵੇਟ ਨਹੀਂ ਨਾ ਆ ਜਾਂਦਾ। ਮੇਰਾ 72 ਤਾਂ ਸਟੱਕ ਹੋ ਗਿਆ ਸੀਗਾ ਜਿਮ ਜਾਣ ਦੇ ਟਾਈਮ 'ਤੇ। ਉਸ ਤੋਂ ਬਾਅਦ ਮੈਂ ਮਿਸ਼ਨ ਰੱਖਿਆ ਹੋਇਆ ਸੀ ਜਿੰਨੀ ਦੇਰ ਤੱਕ ਮੇਰਾ 65 ਵੇਟ ਨਹੀਂ ਨਾ ਹੋ ਜਾਂਦਾ, ਮੈਂ ਨਾ ਕੋਈ ਜੰਕ ਫੂਡ ਖਾਣਾ, ਨਾ ਮੈਂ ਕੋਈ ਫਰਾਈਡ ਫੂਡ ਖਾਣਾ, ਨਾ ਮੈਂ ਕੋਈ ਸੋਲਟੀ ਫੂਡ ਖਾਣਾ ਜ਼ਿਆਦਾ, ਨਾ ਸ਼ੂਗਰੀ ਫੂਡ ਖਾਣਾ। ਅਤੇ ਆਫਟਰ ਜਿਮ ਹੀ ਮੈਂ ਇਹ, ਮਤਲਬ ਆਫਟਰ 65 ਵੇਟ ਹੀ ਮੈਂ ਇਹ ਚੀਜ਼ ਨੂੰ ਖਾਊਂਗੀ ਵੰਸ ਵਾਈਲ। ਉਹ ਵੀ ਇਹ ਨਹੀਂ ਕਿ ਮੈਂ ਰੋਜ਼ ਖਾਊਂਗੀ, ਮੈਂ ਇਹ ਸਾਰੀਆਂ ਚੀਜ਼ਾਂ ਅਵੋਇਡ ਕੀਤੀਆਂ ਹੋਈਆਂ ਸੀਗੀਆਂ। ਮੈਂ ਰੋਜ਼ ਦਿਨ ਦਾ 12,000 ਸਟੈਪ ਤੁਰ ਰਹੀ ਸੀਗੀ, ਜਿਮ ਤੋਂ ਆਉਣ ਤੋਂ ਬਾਅਦ ਵੀ ਮੈਂ ਸੈਰ ਕਰਦੀ ਸੀਗੀ। ਸਾਰਾ ਦਿਨ ਮੈਂ ਐਕਟਿਵ ਰਹਿੰਦੀ ਸੀਗੀ, ਜਿੰਨਾ ਹੋ ਸਕੇ ਉਨਾ ਐਕਟਿਵ ਰਹਿੰਦੀ ਸੀ। ਮੈਂ ਆਪਣਾ ਕੰਮ ਖੁਦ ਕਰਦੀ ਸੀ ਕਿਸੇ ਹੋਰ ਨੂੰ ਕਹਿਣ ਦੀ ਬਜਾਏ। ਅਗਰ ਮੈਨੂੰ ਕੋਈ ਚੀਜ਼ ਚਾਹੀਦੀ ਮੈਂ ਖੁਦ ਜਾ ਕੇ ਲੈਂਦੀ ਸੀ, ਜਿੰਨਾ ਐਕਟਿਵ ਹੋ ਸਕੇ ਉਨਾ ਐਕਟਿਵ ਰਹਿੰਦੀ ਸੀਗੀ। ਅਤੇ ਮੇਰੇ ਸੈਰ ਕਰਨ ਵਾਲੀ ਆਦਤ ਨੂੰ ਇੱਕ ਬਹੁਤ ਜ਼ਿਆਦਾ ਮਜ਼ਾਕ ਦੇ ਵਿੱਚ ਵੀ ਲਿਆ ਜਾਂਦਾ ਸੀਗਾ। ਕਿਸੇ ਨੂੰ ਵੀ ਕੋਈ ਕੰਮ ਹੁੰਦਾ ਸੀਗਾ ਮੈਨੂੰ ਕਹਿ ਦਿੰਦੇ ਸੀਗੇ ਕਿ ਆਹ ਕਰਦੇ ਜਾ ਕੇ ਤਾਂ ਫਿਰ ਕਿਉਂ ਆ, ਤੇਰੇ ਸਟੈਪ ਹੀ ਬਣ ਜੂਗੇ। ਇਸ ਗੱਲ ਦਾ ਫਾਇਦਾ ਬਹੁਤ ਚੁੱਕਿਆ ਗਿਆ ਵੈਸੇ। ਅਤੇ ਇੱਕ ਸਾਡੇ ਨਾ ਵੇਟ ਲੂਜ਼ ਦੇ ਟਾਈਮ, ਜਦੋਂ ਅਸੀਂ ਵੇਟ ਲੂਜ਼ ਕਰ ਰਹੇ ਹੁੰਦੇ ਹਾਂ, ਇੱਕ ਟਾਈਮ ਐਸਾ ਆਉਂਦਾ ਜਦੋਂ ਸਾਡਾ ਵੇਟ ਸਟੱਕ ਕਰ ਜਾਂਦਾ ਆ। ਅਤੇ ਮੇਰਾ 67 'ਤੇ ਆ ਕੇ ਬਿਲਕੁਲ ਸਟੱਕ ਕਰ ਗਿਆ ਸੀਗਾ, ਘੱਟ ਹੀ ਨਹੀਂ ਰਿਹਾ ਸੀਗਾ। ਪਰ ਮੈਨੂੰ ਮੇਰੇ ਜਿਮ ਟ੍ਰੇਨਰ ਨੇ ਕਿਹਾ ਕਿ ਨਾ ਇੱਕ ਜਗ੍ਹਾ 'ਤੇ ਆ ਕੇ ਤੁਹਾਡਾ ਵੇਟ ਸਟੱਕ ਹੋ ਜਾਏਗਾ, ਤੁਸੀਂ ਡਰਿਓ ਨਾ, ਘਬਰਾਇਓ ਨਾ, ਇਹ ਨਾ ਸੋਚਿਓ ਕਿ ਯਾਰ ਘੱਟਦਾ ਹੀ ਨਹੀਂ ਪਿਆ, ਜਾ ਹੁਣ ਮੈਂ ਨਹੀਂ ਕਰਨਾ ਕੁਛ। ਹਿੰਮਤ ਨਹੀਂ ਹਾਰਨੀ, ਹਿੰਮਤ ਬਿਲਕੁਲ ਨਹੀਂ ਹਾਰਨੀ, ਤੁਸੀਂ ਡਟੇ ਰਹੋ, ਜ਼ਰੂਰ ਘਟੇਗਾ। 67 ਤੋਂ ਬਾਅਦ ਫਿਰ ਮੇਰਾ ਗ੍ਰੈਜੂਅਲੀ ਇੰਨਾ ਜ਼ਿਆਦਾ ਵੇਟ ਘਟਿਆ ਨਾ, 65 ਆ ਗਿਆ, ਫਿਰ 64 ਆ ਗਿਆ, ਫਿਰ 63 ਆ ਗਿਆ, ਹੁਣ 62 ਹੈ ਇਸ ਟਾਈਮ 'ਤੇ। ਅਤੇ ਮੇਰਾ ਬਿਫੋਰ ਸਹਿਨੂਰ ਮੇਰਾ ਵੇਟ ਸੀਗਾ 58.something, ਸੋ ਮੈਂ ਬਿਲਕੁਲ ਉਹਦੇ ਹੁਣ ਕੋਲ ਆ ਚੁੱਕੀ ਹਾਂ। ਅਤੇ ਉਹਦੇ ਬਰਥਡੇ ਤੱਕ ਤਾਂ ਡੈਫੀਨੇਟਲੀ ਮੈਂ ਆਪਣਾ 58 ਕਰ ਹੀ ਲੈਣਾ ਆ। ਮੈਂ ਆਪਣੀ ਹਰ ਕਰੇਵਿੰਗ ਨੂੰ ਰੋਕਿਆ ਹੋਇਆ ਸੀਗਾ ਕਿ ਜਿੰਨੀ ਦੇਰ ਤੱਕ ਮੇਰਾ ਇਹ ਵੇਟ ਟਾਰਗੇਟਿਡ ਵੇਟ ਜਿਹੜਾ ਘੱਟ ਨਹੀਂ ਹੁੰਦਾ, ਮੈਂ ਇਹ ਚੀਜ਼ ਨੂੰ ਨਹੀਂ ਖਾਣਾ, ਮਤਲਬ ਨਹੀਂ ਖਾਣਾ। ਸਾਰੇ ਖਾ ਰਹੇ ਹੁੰਦੇ ਸੀ, ਮੈਂ ਨਹੀਂ ਖਾਂਦੀ ਸੀਗੀ। ਰਾਤ ਨੂੰ ਜਿੰਨਾ ਘੱਟ ਹੋ ਸਕੇ ਉਨਾ ਘੱਟ ਖਾਂਦੀ ਸੀਗੀ ਤਾਂ ਕਿ ਵੇਟ ਬਿਲਕੁਲ ਮੇਨਟੇਨ ਰਹੇ। ਅਤੇ ਆਪਣੀ ਕਰੇਵਿੰਗ ਨੂੰ ਕੰਟਰੋਲ ਕਰਨ ਲਈ ਨਾ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋ। ਜਿੰਨਾ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋਗੇ ਉਨੀ ਤੁਹਾਨੂੰ ਭੁੱਖ ਘੱਟ ਲੱਗੇਗੀ। ਜਿੰਨਾ ਹੋ ਸਕੇ ਉਨਾ ਜ਼ਿਆਦਾ ਪਾਣੀ ਪੀਓ ਤਾਂ ਕਿ ਤੁਹਾਨੂੰ ਭੁੱਖ ਲੱਗੇ ਹੀ ਨਾ ਜ਼ਿਆਦਾ। ਜਦੋਂ ਸਾਨੂੰ ਅਸੀਂ ਵਿਹਲੇ ਹੁੰਦੇ ਨਾ, ਇੱਕ ਚੀਜ਼ ਨੋਟਿਸ ਕਰਿਓ, ਜਦੋਂ ਆਪਾਂ ਵਿਹਲੇ ਬੈਠੇ ਹੁੰਦੇ ਨਾ ਸਾਨੂੰ ਉਸ ਟਾਈਮ 'ਤੇ ਸਭ ਤੋਂ ਜ਼ਿਆਦਾ ਭੁੱਖ ਲੱਗਦੀ ਆ। ਉਸੇ ਚੀਜ਼ ਨੂੰ ਅਵੋਇਡ ਕਰੋ, ਵਿਹਲੇ ਬੈਠੋ ਹੀ ਨਾ ਕੁਛ ਕਰਦੇ ਰਹੋ, ਕ੍ਰੀਏਟਿਵ ਕਰੋ, ਚਾਹੇ ਕੁਛ ਵੀ ਕਰਦੇ ਰਹੋ ਐਸਾ ਕਿ ਤੁਹਾਨੂੰ ਭੁੱਖ ਲੱਗੇ ਨਾ। ਅਤੇ ਕਈਆਂ ਨੂੰ ਪਤਾ ਕੀ ਲੱਗਦਾ, ਕੋਈ ਗੱਲ ਨਹੀਂ ਖਾ ਲੈਂਦੇ ਹਾਂ, ਬਾਅਦ 'ਚ ਗ੍ਰੀਨ ਟੀ ਪੀ ਲਾਂਗੇ। ਬੈਡ ਆਪਸ਼ਨ, ਬਿਲਕੁਲ ਬੈਡ ਆਪਸ਼ਨ, ਇਹਦੇ ਨਾਲ ਕੁਛ ਨਹੀਂ ਹੋਣਾ। ਅਗਰ ਤੁਸੀਂ ਫੁੱਲ ਡੈਡੀਕੇਸ਼ਨ ਰੱਖਣਾ ਚਾਹੁੰਦੇ ਨਾ ਇਹ ਚੀਜ਼ ਨੂੰ, ਖਤਮ ਕਰ ਦਿਉ ਆਪਣੀ ਲਾਈਫ 'ਚ ਕਿ ਕੋਈ ਗੱਲ ਨਹੀਂ ਆ, ਖਾ ਲੈਂਦੀ ਨਾ ਥੋੜ੍ਹਾ ਜਿਹਾ ਗ੍ਰੀਨ ਟੀ ਪੀ ਲੂੰਗੀ, ਕੁਛ ਨਹੀਂ ਹੁੰਦਾ। ਗ੍ਰੀਨ ਟੀ ਨਾਲ ਕੁਛ ਨਹੀਂ ਘਟਾਉਣਾ ਤੁਹਾਡਾ, ਤੁਹਾਨੂੰ ਇਹ ਚੀਜ਼ਾਂ ਹੀ ਅਵੋਇਡ ਕਰਨੀਆਂ ਪੈਣੀਆਂ ਆ, ਕਿਉਂਕਿ ਇਹਨੇ ਤਾਂ ਆਪਣੀ ਕੈਲਰੀ ਦੇ ਦੇਣੀਆਂ ਤੁਹਾਨੂੰ, ਗ੍ਰੀਨ ਟੀ ਨਾਲ ਨਹੀਂ ਘਟਣੀ ਹੋ। ਤੁਸੀਂ ਖੁਦ ਸੋਚੋ, ਅਗਰ ਤੁਹਾਨੂੰ ਇੰਨੀ ਟੈਨਸ਼ਨ ਆ ਕਿ ਮੈਂ ਕੋਈ ਗੱਲ ਨਹੀਂ ਬਾਅਦ 'ਚ ਗ੍ਰੀਨ ਟੀ ਪੀ ਲੂੰਗੀ, ਤਾਂ ਫਿਰ ਤੁਸੀਂ ਉਹ ਚੀਜ਼ ਕਰੋ ਹੀ ਨਾ, ਤੁਸੀਂ ਉਹ ਚੀਜ਼ ਖਾਓ ਹੀ ਨਾ ਜਿਹਦੇ ਕਰਕੇ ਤੁਹਾਨੂੰ ਬਾਅਦ 'ਚ ਗ੍ਰੀਨ ਟੀ ਪੀਣੀ ਪਵੇ। ਤੁਸੀਂ ਆਪਣੀ ਡਾਇਟ ਹੈਲਦੀ ਰੱਖੋ, ਡਾਇਟ ਆਪਣੀ ਪ੍ਰੋਪਰ ਖਾਓ, ਸਾਰਾ ਕੁਝ ਖਾਓ, ਬਟ ਇਹ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਮੋਟੇ ਕਰਦੀਆਂ ਆ। ਡਾਇਟ ਦਾ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਮੇਜਰ ਰੋਲ ਆ। ਗ੍ਰੀਨ ਟੀ ਇਜ਼ ਗੁੱਡ ਅਗਰ ਤੁਸੀਂ ਉਹਨੂੰ ਹੈਲਦੀ ਚੀਜ਼ਾਂ ਦੇ ਨਾਲ ਪੀ ਰਹੇ ਹੋ। ਤੁਸੀਂ ਇੱਕ ਆਪਣਾ ਟਾਰਗੇਟ ਵੇਟ ਰੱਖੋ, ਫਿਰ ਤੁਸੀਂ ਕਦੇ ਵੰਸ ਅਵਾਈਲ ਆਪਣੀ ਜੋ ਵੀ ਕਰੇਵਿੰਗ ਆ ਉਹ ਇੱਕ ਦਿਨ ਖਾਓ, ਪਰ ਉਦੋਂ ਵੀ ਇਹ ਨਹੀਂ ਕਿ ਅੱਜ ਮੈਂ ਸਾਰਾ ਖਾ ਲੈਣਾ, ਅੱਜ ਮੈਂ ਇਹ ਵੀ ਖਾ ਲੈਣਾ, ਉਹ ਵੀ ਖਾ ਲੈਣਾ, ਨਹੀਂ। ਥੋੜ੍ਹੀ ਥੋੜ੍ਹੀ ਕੁਆਂਟਿਟੀ ਲੈ ਲਓ, ਉਹਦੇ 'ਚ ਕੋਈ ਚੱਕਰ ਨਹੀਂ ਆ, ਬਟ ਓਵਰ ਨਾ ਖਾਓ। ਅਤੇ ਜਦੋਂ ਕਦੇ ਵੀ ਤੁਹਾਨੂੰ ਤੁਹਾਡੀ ਮੋਟੀਵੇਸ਼ਨ ਡਾਊਨ ਹੋ ਜਾਏ, ਦੁਬਾਰਾ ਇਹ ਵੀਡੀਓ ਖੋਲ੍ਹੋ, ਦੁਬਾਰਾ ਇਹ ਵੀਡੀਓ ਦੇਖੋ ਤਾਂ ਕਿ ਤੁਹਾਨੂੰ ਮੋਟੀਵੇਸ਼ਨ ਮਿਲਦੀ ਰਹੇ। ਅਤੇ ਕੁਛ ਲੋਕਾਂ ਨੇ ਮੈਨੂੰ ਇਹ ਵੀ ਪੁੱਛਿਆ ਸੀਗਾ ਕਿ ਸਾਨੂੰ ਟਾਈਮ ਨਹੀਂ ਲੱਗਦਾ ਜਿਮ ਜਾਣ ਦਾ, ਅਸੀਂ ਜਿਮ ਨਹੀਂ ਜਾ ਸਕਦੇ ਕਿਉਂਕਿ ਇਹ ਪ੍ਰੋਬਲਮ ਆ, ਇਹ ਪ੍ਰੋਬਲਮ ਹੈ। ਦੇਖੋ, 10 ਮਿੰਟ ਤਾਂ ਤੁਸੀਂ ਐਟਲੀਸਟ ਆਪਣੇ ਲਈ ਕੱਢ ਹੀ ਸਕਦੇ ਹੋ ਨਾ। ਹੁਣ ਮੈਂ ਤੁਹਾਨੂੰ ਇੱਕ ਲਿੰਕ ਸ਼ੇਅਰ ਕਰੂੰਗੀ, ਇਹ ਮੈਂ ਐਬਸ ਵਰਕਆਊਟ ਅੱਜ ਕੱਲ੍ਹ ਕਰ ਰਹੀ ਹਾਂ ਘਰ ਹੀ, ਮੈਂ ਜਿਮ ਨਹੀਂ ਜਾ ਪਾਈ ਕੁਛ ਪਿਛਲੇ ਟਾਈਮ ਤੋਂ ਕਾਫੀ, ਸੋ ਮੈਂ ਇਹ ਐਕਸਰਸਾਈਜ਼ ਰੋਜ਼ ਘਰ ਵਿੱਚ ਹੀ ਕਰ ਰਹੀ ਹਾਂ। 10 ਮਿੰਟ ਦੀ ਐਕਸਰਸਾਈਜ਼ ਆ, ਐਬਸ ਵਰਕਆਊਟ ਆ, ਜਿਹਦੇ ਕਰਕੇ ਲੋਕਾਂ ਦਾ ਪੇਟ ਘਟਿਆ ਆ, ਤਾਂ ਮੈਂ ਵੀ ਕਰ ਰਹੀ ਹਾਂ। ਮੈਂ ਤੀਸਰਾ ਚੌਥਾ ਦਿਨ ਆ ਮੇਰਾ ਹਾਲੇ, ਪਰ ਮੈਂ ਵੀ ਕਰ ਰਹੀ ਹਾਂ। ਬੜੇ ਜਣੇ ਮੈਨੂੰ ਪੁੱਛਦੇ ਆ ਡਾਇਟ ਬਾਰੇ, ਡਾਇਟ ਦਾ ਸਾਡੀ ਲਾਈਫ ਦੇ ਵਿੱਚ ਬਹੁਤ ਮੇਜਰ ਰੋਲ ਆ। ਸਭ ਤੋਂ ਪਹਿਲਾਂ ਤਾਂ ਮੈਂ ਮੋਰਨਿੰਗ ਦੇ ਵਿੱਚ ਉੱਠ ਕੇ ਗਰਮ ਪਾਣੀ ਪੀਂਦੀ ਸੀ ਤਾਂ ਕਿ ਉਹਦੇ ਨਾਲ ਫੈਟ ਬਰਨ ਹੋਵੇ, ਬਹੁਤ ਜ਼ਿਆਦਾ ਗਰਮ ਨਹੀਂ, ਥੋੜ੍ਹਾ ਜਿਹਾ ਗਰਮ ਤੋਂ ਘੱਟ, ਤਾਂ ਸਿਪ ਸਿਪ ਕਰਕੇ, ਹਮੇਸ਼ਾ ਸਿਪ ਸਿਪ ਕਰਕੇ ਪਾਣੀ ਪੀਣਾ ਚਾਹੀਦਾ। ਵਾਈਟ ਸਾਲਟ ਦੀ ਜਗ੍ਹਾ ਤੁਸੀਂ ਬਲੈਕ ਸਾਲਟ ਯੂਜ਼ ਕਰੋ, ਜ਼ਿਆਦਾ ਵਧੀਆ ਹੁੰਦਾ ਆ। ਅਤੇ
ਜਿੰਨਾ ਹੋ ਸਕੇ ਨਮਕ ਘੱਟ ਖਾਓ, ਵਾਈਟ ਵਾਲਾ ਨਮਕ ਘੱਟ ਖਾਓ, ਅਤੇ ਰਾਤੀ ਖਾਣਾ ਜਿੰਨਾ ਘੱਟ ਹੋ ਸਕੇ ਉਨਾ ਘੱਟ ਖਾਓ ਅਤੇ ਜਲਦੀ ਖਾਓ, ਅਤੇ ਪਾਣੀ ਸਾਰੇ ਦਿਨ ਦੇ ਵਿੱਚ ਪਾਣੀ ਪੀਂਦੇ ਰਹੋ ਤਾਂ ਕਿ ਤੁਹਾਡੀ ਸਕਿਨ ਵੀ ਗਲੋ ਕਰਦੀ ਰਹੇ। ਵੈਸੇ ਵੀ ਪਾਣੀ ਪੀਣਾ ਬਹੁਤ ਵਧੀਆ ਆ ਸਾਡੇ ਵਾਸਤੇ, ਸਾਡਾ ਮੈਟਾਬੋਲਿਜ਼ਮ ਸਟਰੋਂਗ ਹੁੰਦਾ ਆ, ਸਕਿਨ ਗਲੋ ਕਰਦੀ ਆ, ਅਤੇ ਉਹ ਫੈਟ ਬਰਨਿੰਗ ਦੇ ਵਿੱਚ ਬਹੁਤ ਜ਼ਿਆਦਾ ਸਾਥ ਦਿੰਦਾ ਆ। ਪਾਣੀ ਹਮੇਸ਼ਾ ਪੀਓ ਸਿਪ ਸਿਪ ਕਰਕੇ, ਕਿਉਂਕਿ ਸਾਡੇ ਅੰਦਰ ਕੋਈ ਵੀ ਚੀਜ਼ ਜਦੋਂ ਜਾਂਦੀ ਹੈ ਨਾ, ਉਹਨੂੰ ਥੋੜ੍ਹਾ ਟਾਈਮ ਚਾਹੀਦਾ ਹੁੰਦਾ ਡਾਈਜੈਸਟ ਹੋਣ ਨੂੰ। ਪਾਣੀ ਵੀ ਅਗਰ ਆਪਾਂ ਸਿਪ ਸਿਪ ਕਰਕੇ ਪੀਆਂਗੇ ਉਹਦਾ ਫਾਇਦਾ ਤਾਂ ਹੀ ਆ। ਤੁਸੀਂ ਡਾਇਟ ਪਲੈਨ ਲੈ ਸਕਦੇ ਹਾਂ ਕਿਸੇ ਕੋਲੋਂ, ਮੈਂ ਵੀ ਡਾਇਟ ਪਲੈਨ ਲਿਆ ਸੀਗਾ, ਫਿਟਨੈਸ ਫਾਰਮੂਲਾ 1 ਇੰਸਟਾਗ੍ਰਾਮ 'ਤੇ ਪੇਜ ਹੈਗਾ ਆ, ਉਹਨਾਂ ਤੋਂ ਮੈਂ ਲਿਆ ਸੀਗਾ, ਅਤੇ ਮੇਰਾ ਉਸ ਤੋਂ ਬਾਅਦ ਗ੍ਰੈਜੂਅਲੀ ਵੇਟ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਡਾਇਟ ਲਈ ਸੀਗੀ ਸੋ ਉਨਾ ਖਾ ਰਹੀ ਸੀ, ਮੈਂ ਹੈਲਦੀ ਖਾਣਾ ਖਾ ਰਹੀ ਸੀਗੀ, ਉਹਦੇ ਨਾਲ ਕਾਫੀ ਫਰਕ ਪਿਆ। ਬਟ ਉਹਦੇ ਨਾਲ ਐਕਸਰਸਾਈਜ਼ ਜ਼ਰੂਰੀ ਆ, ਪਰ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਐਟਲੀਸਟ ਡਾਇਟ ਦਾ ਪਲੈਨ ਲੈ ਹੀ ਸਕਦੇ ਹਾਂ। ਕਈ ਵਾਰੀ ਬੰਦਾ ਫੋਲੋ ਕਰ ਪਾਉਂਦਾ, ਕਈ ਵਾਰੀ ਨਹੀਂ ਵੀ ਕਰ ਪਾਉਂਦਾ, ਬਟ ਐਟਲੀਸਟ ਜਦੋਂ ਵੀ ਤੁਸੀਂ ਕਰੋ ਹੈਲਦੀ ਤਾਂ ਖਾ ਰਹੇ ਹੋ ਨਾ ਤੁਸੀਂ, ਇਹ ਬਹੁਤ ਵੱਡੀ ਗੱਲ ਆ। ਸੋ ਇੱਦਾਂ ਹੀ ਮੋਟੀਵੇਟਿਡ ਰਹੋ, ਡੈਡੀਕੇਸ਼ਨ ਸਭ ਤੋਂ ਮੇਨ ਚੀਜ਼, ਡੈਡੀਕੇਸ਼ਨ ਆ, ਡੈਡੀਕੇਸ਼ਨ ਆਪਣੀ ਫੁੱਲ ਡੈਡੀਕੇਸ਼ਨ ਰੱਖੋ ਤਾਂ ਕਿ ਤੁਹਾਡਾ ਵੇਟ ਲੂਜ਼ ਜਲਦੀ ਹੋ ਸਕੇ। ਸਾਡੀ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ ਸਬਸਕ੍ਰਾਈਬ ਕਰ ਸਕਦੇ ਹੋ, ਬੈੱਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਇੱਦਾਂ ਦੀਆਂ ਵੀਡੀਓਜ਼ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਜਲਦੀ ਆ ਜਾਣ। ਥੈਂਕ ਯੂ, ਲਵ ਯੂ ਆਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਡੀ ਨਹੀਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਾਤੂ ਅਬੇ ਸਾਲੇ, ਪਹਿਲਾਂ ਸਹੀ ਨਹੀਂ ਬੋਲਿਆ ਸੀ, ਤੁਸੀਂ ਵਿੱਚ ਅੱਖਾਂ ਦਿਖਾ ਦਿਓ, ਮੇਰੀ ਏਜ ਤੋਂ ਵੀ ਜ਼ਿਆਦਾ। ਦੁਬਾਰਾ ਬੋਲਾਂ ਹੈ ਨਾ, ਨੀਅਰ ਅਬਾਊਟ ਸਹਿਨੂਰ ਦੇ ਮੰਥ, ਸਹਿਨੂਰ ਦੇ ਮੰਥ ਕਹਿਤਾ। It was at this moment that he knew he fucked up. Tusi apna vich panga pai jo. Hun main ki kya se main bhul gayi. Main so yaar sare apna apna tusi kam phone chalao. Jo dobara kinni. Oye kat rok de. Positive thought rakhe aim high ne. Gall itthe level di oh vi high hai. Positive thought rakhe aim high ne.